ਗਾਇਜ਼ ਇਮੀਗ੍ਰੇਸ਼ਨ ਨਾਲ ਸੰਬੰਧ ਜਿਹੜੀ ਮੈਂ ਵੀਡੀਓ ਤੁਹਾਨੂੰ ਹੁਣੇ-ਹੁਣੇ ਦਿੱਤੀ ਸੀਗੀ ਉਹਦੇ ਉੱਤੇ ਪੁਸ਼ਟੀ ਹੋ ਗਈ ਹੈ ਔਰ ਕੈਨੇਡਾ ਸਰਕਾਰ ਹਜੇ ਫੈਸਲਾ ਲੈਣ ਜਾ ਰਹੀ ਹੈ ਇਹ ਵੀਡੀਓ ਮੈਂ ਤੁਹਾਨੂੰ ਦਿੱਤੀ ਸੀਗੀ ਉਹਦੇ ਵਿੱਚੋਂ ਤਿੰਨ ਅਹਿਮ ਫੈਸਲੇ ਲੈ ਵੀ ਲਿੱਤੇ ਐ ਔਰ ਉਹਦੀ ਅਨਾਉਂਸਮੈਂਟ ਜਿਹੜੀ ਹੈ ਕੈਨੇਡਾ ਗਵਰਨਮੈਂਟ ਨੇ ਕਰ ਦਿੱਤੀ ਹੈ ਉਹ ਤਿੰਨ ਫੈਸਲੇ ਕੀ ਨੇ ਉਹ ਤਿੰਨ ਫੈਸਲੇ ਜਿਹੜੇ ਹੈ ਉਹ ਸਟੂਡੈਂਟਾਂ ਦੇ ਹੱਕ ਵਿੱਚ ਹੈ ਕਿ ਵਿਰੋਧ ਵਿੱਚ ਹੈ ਇਸ ਦਾ ਫੈਸਲਾ ਤੁਸੀਂ ਆਪ ਕਰਨਾ ਲੇਕਿਨ ਮੈਂ ਤੁਹਾਨੂੰ ਵਾਰੀ-ਵਾਰੀ ਸਟੈਪ-ਬਾਈ-ਸਟੈਪ ਦੱਸੂਗਾ ਕਿ ਤਿੰਨ ਕਿਹੜੇ ਅਹਿਮ ਫੈਸਲੇ ਐ ਜਿਹੜੇ ਕੈਨੇਡਾ ਸਰਕਾਰ ਨੇ ਲਏ ਐ ਔਰ 1 ਜਨਵਰੀ ਤੋਂ ਹੀ ਉਹ ਲਾਗੂ ਹੋ ਰਹੇ ਐ 1 ਜਨਵਰੀ ਵੀਸੋ ਚਾਵੀਤੋ ਕਿਉਂਕਿ ਗਾਇਸ ਕੈਨੇਡਾ ਗਵਰਨਮੈਂਟ ਨੂੰ ਇਹ ਫੈਸਲੇ ਚ ਤੇਜ਼ੀ ਨਾਲ ਲੈਣੇ ਹੀ ਪੈਣੇ ਆ ਕਿਉਂਕਿ ਮਾਰਚ 24 ਦੇ ਵਿੱਚ ਜਨਰਲ ਚੋਣਾਂ ਹੈਗੀਆਂ ਜਨਰਲ ਚੋਣਾਂ ਤੋਂ ਪਹਿਲਾਂ ਪਹਿਲਾਂ ਹੀ ਕੈਨੇਡਾ ਗਵਰਨਮੈਂਟ ਜਿਹੜੀ ਹੈ ਉਹ ਇੰਟਰਨੈਸ਼ਨਲ ਸਟੂਡੈਂਟ ਪ੍ਰਤੀ ਜੋ ਵੀ ਕੋਈ ਨਵੇਂ ਫੈਸਲੇ ਆ ਉਹ ਲੈ ਕੇ ਹੀ ਲੈਣੇ ਹੀ ਪੈਣੇ ਆ ਤਾਂ ਗਾਇਸ ਵੀਡੀਓ ਨਾਲ ਬਣੇ ਰਹੋ ਅੰਤ ਤੱਕ ਸਸਰੀਕਾਰ ਨਮਸਕਾਰ ਕੇਮ ਸ਼ੋ ਹਾਂਜੀ ਮੋ ਜਮ ਮੰਦਿਓ ਮੋ ਜਮ ਮੰਦਿਰੋ ਵੈਲਕਮ ਟੂ ਬੋਪਾਲ ਫੈਮਲੀ ਅਨਦਰ ਵੀਡੀਓ ਹਾਂਜੀ ਕਿਚਨ ਔਰ ਘੁੰਮਣ ਵਾਲੀ ਵੀਡੀਓ ਤੋਂ ਪਹਿਲਾਂ ਮੈਨੂੰ ਇਹ ਲੈਣੀ ਪਈ ਵੀਡੀਓ ਲਿਓਣੀ ਪਈ ਜਲਦੀ ਵਿੱਚ ਕਿਉਂਕਿ ਕੈਨੇਡਾ ਗਵਰਨਮੈਂਟ ਦਾ ਫੈਸਲਾ ਜੋ ਹੋਇਆ ਉਹ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਕਰਦੇ ਹਾਂ ਸ਼ੁਰੂ ਵੈਲਕਮ ਟੂ ਬੋਪਾਲ ਫੈਮਲੀ ਅਨਦਰ ਵੀਡੀਓ ਅਗੇਨ ਕੈਨੇਡਾ ਗਵਰਨਮੈਂਟ ਨੇ ਜੋ ਪਹਿਲਾ ਫੈਸਲਾ ਲਿਆ ਇੰਟਰਨੈਸ਼ਨਲ ਵਿਦਿਆਰਥੀਆਂ ਲਈ ਜੋ 1 ਜਨਵਰੀ 2024 ਤੋਂ ਲਾਗੂ ਹੋ ਰਿਹਾ ਉਹ ਹੈ ਜੀਆਈਸੀ ਨਾਲ ਸੰਬੰਧ ਜੀ ਹਾਂ ਜੀਆ ਗਾਇਜ਼ ਆਰਆਈਸੀਸੀ ਨੇ ਜੀਆਈਸੀ ਨੂੰ ਲੈ ਕੇ ਇੱਕ ਬਹੁਤ ਅਹਿਮ ਫੈਸਲਾ ਲਿਆ ਹੈ ਜੋ 1 ਜਨਵਰੀ 2024 ਤੋਂ ਲਾਗੂ ਹੋ ਰਿਹਾ ਹੈ ਯਾਨੀ ਜਨਵਰੀ ਇਨਟੇਕ 'ਚ ਜਿਹੜੇ ਵਿਦਿਆਰਥੀ ਜਾ ਰਹੇ ਆ ਉਹਨਾਂ ਤੇ ਲਾਗੂ ਹੋ ਰਿਹਾ ਹੈ ਜੀਆਈਸੀ ਦੀ ਰਕਮ ਹਲੇ ਤੱਕ 10000 ਕੈਨੇਡੀਅਨ ਡਾਲਰ ਸੀਗੀ ਜਿਹੜੀ ਕਿ ਤੁਸੀਂ ਜਾਣਦੇ ਹੋ ਕਿ ਇਹ ਕਿਹੜੀ ਰਕਮ ਹੈ ਕਿ ਵਿਦਿਆਰਥੀ ਜਿਹੜੇ ਉੱਥੇ ਜਾ ਕੇ ਇਹ ਰੁਪਏ ਉਹ ਇਹ ਜਿਹੜੇ ਡਾਲਰ ਉਹਨਾਂ ਨੂੰ ਮਿਲ ਜਾਂਦੇ ਸੀ ਉੱਥੇ ਰਹਿਣ ਸਹਣ ਦੇ ਖਰਚਿਆਂ ਲਈ ਆਰ ਆਈ ਸੀ ਸੀ ਨੇ ਸੋਚਿਆ ਕਿ ਉੱਥੇ ਹਮ ਕੈਨੇਡਾ ਦੇ ਵਿੱਚ ਜਿਹੜੇ ਖਰਚੇ ਵੱਧ ਚੁੱਕੇ ਆ ਮੰਗਾਈ ਵੱਧ ਚੁੱਕੀ ਹੈ ਇਸ ਲਈ ਜੀ ਆਈ ਸੀ ਨੂੰ ਦੱਸਿਆ ਜਾਵੇ ਲੇਕਿਨ ਗਾਈਜ਼ ਉਹਨਾਂ ਨੇ ਇਸ ਰਕਮ ਨੂੰ ਇੱਕਦਮ ਡਬਲ ਕਰ ਦਿੱਤਾ ਹੈ ਜੀ ਹਾਂ ਗਾਈਜ਼ ਹੁਣ ਜੀਆਈਸੀ ਜਿਹੜੀ ਹੈ ਉਹ ਜਮਾ ਕਰਾਉਣੀ ਪਾਉਗੀ ਇੰਟਰਨੈਸ਼ਨਲ ਸਟੂਡੈਂਟ ਨੂੰ ਕੈਨੇਡਾ ਆਉਣ ਤੋਂ ਪਹਿਲਾਂ 20630 ਡਾਲਰ ਅੱਗੇ 10000 ਡਾਲਰ ਸੀ ਯਾਨੀ 6 ਲੱਖ ਇੰਡੀਅਨ ਰੁਪਈਆ ਜਿਹੜਾ ਜੀਆਈਸੀ ਲਈ ਜਮਾ ਕਰਾਉਣਾ ਪੈਂਦਾ ਸੀਗਾ ਉੱਥੋਂ ਦੀਆਂ ਫੀਸਾਂ ਤੋਂ ਅਲਾਵਾ ਹੁਣ ਫੀਸਾਂ ਤੋਂ ਅਲਾਵਾ ਜਿਹੜਾ ਹੈ ਬਾਰਾਂਤੀਰਾ ਬਾਰਾਂ ਸਬਕ ਬਾਰਾਂ ਜਾਂ 12.5 ਕੈਲਕੂਲੇਸ਼ਨ ਕਰ ਲਿਓ ਤੁਸੀਂ ਖੁਦ ਔਰ ਮੈਨੂੰ ਵੀ ਦੱਸੋ ਕਮੈਂਟ ਦੇ ਵਿੱਚ ਕਿੰਨੇ ਬਣ ਜਾਣਗੇ ਇੰਡੀਅਨ ਰੁਪੀਸ 20630 ਡਾਲਰ ਜਿਹੜੇ ਜੀਆਈਸੀ ਲਈ ਜਮ੍ਹਾਂ ਕਰਾਉਣੇ ਪੈਣਗੇ ਗਾਈਜ਼ ਇਹ ਆਰਆਈਸੀਸੀ ਨੇ ਫੈਸਲਾ ਇਹ ਲਿਆ ਕਿ ਕੈਨੇਡਾ ਦੇ ਵਿੱਚ ਮਹਿੰਗਾਈ ਵੱਧ ਰਹੀ ਹੈ ਮਹਿੰਗਾਈ ਵੱਧ ਜਾਣ ਕਰਕੇ ਉਹਨਾਂ ਨੇ 2023 ਦੇ ਵਿੱਚ ਦੇਖਿਆ ਕਿ ਜਿਹੜੇ ਸਟੂਡੈਂਟ ਇੰਟਰਨੈਸ਼ਨਲ ਇਥੇ 10000 ਡਾਲਰ ਭਰ ਕੇ ਜੀਆਈਸੀ ਪਰ ਕਿ ਹੁੰਦੇ ਹੈ ਉਹਨਾਂ ਦਾ ਇੰਨਾ ਰੁਪਈਆ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਤੇ ਉਹਨਾਂ ਦਾ ਸ਼ੋਸ਼ਣ ਹੁੰਦਾ ਉਹ ਫਿਰ ਕਈ ਵੱਡੀ ਘੱਟ ਪੈਸਿਆਂ ਦੇ ਵਿੱਚ ਘੱਟ ਡਲਰਾਂ ਦੇ ਵਿੱਚ ਜੌਬ ਕਰਨ ਲਈ ਮਜਬੂਰ ਹੋ ਜਾਂਦੇ ਹੈ ਔਰ ਗਾਈਜ਼ ਉਹਨਾਂ ਦਾ ਸ਼ੋਸ਼ਣ ਹੁੰਦਾ ਜਾਂ ਫਿਰ ਉਹ ਵੱਧ ਮਤਲਬ ਇਧਰ ਉਧਰ ਹੱਥ ਪੈਰ ਮਾਰਦੇ ਆ ਪੈਸੇ ਜਾਂ ਡਾਲਰ ਇਕੱਠੇ ਕਰਨ ਲਈ ਆਪਣਾ ਜਿਹੜਾ ਹੈ ਜੀਵਨ ਜਾਪਨ ਕਰਨ ਲਈ ਕਿਉਂਕਿ ਘਰਾਂ ਦੇ ਖਰਚੇ ਵੱਧ ਚੁੱਕੇ ਆ ਘਰਾਂ ਦੇ ਕਿਰਾਏ ਵੱਧ ਚੁੱਕੇ ਆ ਔਰ ਈਵਨ ਫਿਊਲ ਦੇ ਖਰਚੇ ਵੱਧ ਚੁੱਕੇ ਆ ਔਰ ਗਰੋਸਰੀ ਦੇ ਖਰਚੇ ਵੱਧ ਚੁੱਕੇ ਆ ਰੈਂਟ ਸੈਂਡ ਦੇ ਖਰਚੇ ਵੱਧ ਚੁੱਕੇ ਆ ਇਸ ਲਈ ਗਾਈਜ਼ ਹਮ ਜੀਆਈਸੀ ਜਿਹੜੀ ਹੈਗੀ ਆ ਉਹ 20633 ਡਾਲਰ ਭਰ ਕੇ ਜਾਣਗੇ ਇੰਡੀਆ ਤੋਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੈ ਇਹ ਉਹਨਾਂ ਦਾ ਜਿਹੜਾ ਹੈਗਾ ਖਰਚਾ ਵੱਧ ਗਿਆ ਇਹ ਕਿਉਂਕਿ ਇਹ 1 ਜਨਵਰੀ ਤੋਂ ਲਾਗੂ ਹੈ ਇਸ ਲਈ ਜਨਵਰੀ ਇਨਟੇਕ ਦੇ ਵਿਦਿਆਰਥੀ ਜਿਨ੍ਹਾਂ ਦੇ ਵੀਜ਼ੇ ਵੀ ਆ ਚੁੱਕੇ ਹੈ ਉਹ 10000 ਦੀ ਵਾਲੀ ਰਕਮ ਨੂੰ ਜਿਹੜਾ ਹੈਗਾ ਡਬਲ ਕੀਤੇ ਬਗੈਰ ਜਿਹੜਾ ਹੈਗਾ ਉੱਥੇ ਨਹੀਂ ਪਹੁੰਚ ਸਕਣਗੇ ਉਹਨਾਂ ਨੂੰ ਇਹ ਜਿਹੜੀ ਹੈ ਜੀਆਈਸੀ ਡਬਲ ਜਿਹੜੀ ਅੱਧੇ ਨਹੀਂ ਪਹੁੰਚੂਗੀ ਇਹ ਜਿਹੜੀ ਰਕਮ ਗਾਇਜ਼ ਬੇਸ਼ੱਕ ਸਾਨੂੰ ਵਿਦਿਆਰਥੀਆਂ ਨੂੰ ਉੱਥੇ ਜਾ ਕੇ ਵਾਪਸ ਮਿਲ ਜਾਂਦੀ ਹੈ ਰਹਿਣ ਸਹਿਣ ਦੇ ਖਰਚੇ ਲਈ ਵਾਪਸ ਮਿਲ ਜਾਂਦੀ ਹੈ ਲੇਕਿਨ ਇੱਕ ਵਾਰੀ ਹੁਣ ਜਿਹੜੇ ਹੈ ਪੇਰੈਂਟਸ ਦੇ ਜਿਹੜੇ ਖਰਚੇ ਹੈਗੇ ਆ ਉਹ ਇੱਕਦਮ ਵੱਧ ਗਏ ਆ ਚਲੋ ਹੁਣ ਮੈਂ ਦੂਸਰੀ ਕਿਹੜੀ ਮਤਲਬ ਜਿਹੜਾ ਹੈ ਇਹਨਾਂ ਨੇ ਘੋਸ਼ਣਾ ਕੀਤੀ ਹੈ ਜਾਂ ਐਲਾਨ ਕੀਤਾ ਹੈ ਇੰਟਰਨੈਸ਼ਨਲ ਵਿਦਿਆਰਥੀਆਂ ਲਈ ਉਹ ਐਲਾਨ ਜਿਹੜਾ ਹੈਗਾ ਉਹ ਵਰਕ ਆਵਰਸ ਵਾਲੀ ਹੈ ਗਾਇਜ਼ 31 ਦਸੰਬਰ 2023 ਤੱਕ ਸਟੂਡੈਂਟਸ ਨੂੰ ਵੀ ਫੁੱਲ ਟਾਈਮ ਜਿਹੜਾ ਹੈਗਾ ਕੰਮ ਕਰਨ ਦਾ ਅਧਿਕਾਰ ਦਿੱਤਾ ਜਾ ਚੁੱਕਾ ਸੀਗਾ 31 ਦਸੰਬਰ 2023 ਨੂੰ ਇਹ ਖਤਮ ਹੋਣ ਜਾ ਰਿਹਾ ਸੀ ਕਿਉਂਕਿ ਆਮ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ ਦੇ ਜਿਹੜੇ ਵਰਕ ਆਵਰਸ ਦਾ 20 ਆਵਰਸ ਪਰ ਵੀਕ ਹੈ ਲੇਕਿਨ ਇਹ ਪਿਛਲੇ ਸਾਲ ਜਿਹੜਾ ਹੈਗਾ 31 ਦਸੰਬਰ 2023 ਤੱਕ ਟ੍ਰੂਡੋ ਸਰਕਾਰ ਨੇ 40 ਘੰਟੇ ਹੀ ਵਿਦਿਆਰਥੀਆਂ ਲਈ ਵੀ ਕਰ ਦਿੱਤਾ ਸੀਗਾ ਕਿਉਂਕਿ ਟ੍ਰੂਡੋ ਸਰਕਾਰ ਦਾ ਸੋਚਣਾ ਸੀਗਾ ਕਿ ਇਹਦੇ ਨਾਲ ਜਿਹੜਾ ਹੈਗਾ ਉਹਨੂੰ ਇੱਕ ਤਾਂ ਜਿਹੜੇ ਉੱਥੇ ਨਹੀਂ ਮਿਲ ਰਹੇ ਕੰਮੇ ਉਹਨਾਂ ਦਾ ਵੀ ਖੱppa ਪੂਰਾ ਹੋ ਜਾਊਗਾ ਤੇ ਨਾਲ ਦੀ ਨਾਲ ਸਟੂਡੈਂਟਸ ਨੂੰ ਵੀ ਜਿਹੜਾ ਹੈਗਾ ਵੱਧ ਕੰਮ ਕਰਕੇ ਆਪਣਾ ਰਹਿਣ ਸਹਿਣ ਵਾਸਤੇ ਵੱਧ ਕਮਾਈ ਕਰਨ ਦਾ ਮੌਕਾ ਮਿਲ ਜਾਊਗਾ ਗਾਇਜ਼ ਇਸ ਨੂੰ ਟ੍ਰੂਡੋ ਸਰਕਾਰ ਨੇ ਵਧਾ ਦਿੱਤਾ ਹੈ ਔਰ ਇਹ 3 31 ਅਪ੍ਰੈਲ 2024 ਤੱਕ ਕਰ ਦਿੱਤਾ ਹੈ ਜੀ ਹਾਂ ਹੁਣ ਸਟੂਡੈਂਟਸ ਜਿਹੜੇ ਹੈਗੇ ਆ ਉਹ 30 ਅਪ੍ਰੈਲ 2024 ਤੱਕ 40 ਘੰਟੇ ਹੀ ਕੰਮ ਕਰ ਸਕਦੇ ਆ ਔਰ 40 ਘੰਟੇ ਕੰਮ ਕਰਕੇ ਆਪਣੀ ਜਿਹੜੀ ਹੈ ਆਮਦਨ ਲੈ ਸਕਦੇ ਆ ਇਹਦਾ ਮੈਂ ਪਹਿਲਾਂ ਵੀ ਪਿਛਲੀਆਂ ਬਹੁਤ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਕਿ ਘੰਟੇ ਵਧਨ ਨਾਲ ਸਟੂਡੈਂਟਸ ਦਾ ਲਾਭ ਹੈ ਕਿ ਨੁਕਸਾਨ ਹੈ ਕਿਉਂਕਿ ਜਿਹੜਾ ਪੜਨ ਵਾਲੇ ਬੱਚੇ ਆ ਔਰ ਘੱਟ ਸਮੇਂ ਦੇ ਵਿੱਚ ਅੱਛਾ ਪੜ ਪਾਉਂਦੇ ਆ ਤਾਂ ਉਹਨਾਂ ਲਈ ਤਾਂ ਇਹ ਬਹੁਤ ਹੀ ਫਾਇਦੇਮੰਦ ਹੈ ਪਰ ਜਿਹੜੇ ਵਿਦਿਆਰਥੀਆਂ ਨੂੰ ਪੜਨ ਲਈ ਜ਼ਿਆਦਾ ਸਮੇਂ ਦੀ ਲੋੜ ਹੈ ਉਹਨਾਂ ਲਈ ਇਹ ਮਤਲਬ ਉਹ ਜਿਹੜਾ ਗਲਤ ਹੋ ਜਾਊਗਾ ਜੇ ਉਹ ਜ਼ਿਆਦਾ ਟਾਈਮ ਕੰਮ ਕਰਨਗੇ ਔਰ ਪੜ੍ਹਾਈ ਤੇ ਟਾਈਮ ਘੱਟ ਦੇਣਗੇ ਤਾਂ ਉਹਨਾਂ ਦਾ ਜਿਹੜਾ ਪੜ੍ਹਾਈ ਤੇ ਅਸਰ ਹੋ ਸਕਦਾ ਚਲੋ خیر ਇਹ ਤਾਂ ਪੁਰਾਣੀ ਹੀ ਗੱਲ ਹੈ ਹੁਣ ਆਪਾਂ ਗੱਲ ਕਰਦੇ ਹਾਂ ਤੀਜੀ ਅਨਾਊਂਸਮੈਂਟ ਦੀ ਗਾਈਜ਼ RICC ਨੇ ਜੋ ਤੀਸਰੀ ਕੋਸ਼ਿਸ਼ਨਾ ਕੀਤੀ ਇੰਟਰਨੈਸ਼ਨਲ ਵਿਦਿਆਰਥੀ ਨੂੰ ਲੈ ਕੇ ਉਹ ਹੈ ਕਿ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈ PG WP ਯਾਨੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਜੋ ਵਿਦਿਆਰਥੀਆਂ ਨੂੰ ਮਿਲਦੇ ਪੜਾਈ ਪੂਰੀ ਹੋਣ ਤੋਂ ਬਾਅਦ ਉਸ ਦੇ ਵਿੱਚ ਹੁਣ ਅੱਗੇ ਫਾਰਦਰ ਐਕਸਟੈਂਸ਼ਨ ਨਹੀਂ ਦਿੱਤੀ ਜਾਊਗੀ ਕਿਉਂਕਿ ਗਾਈਜ਼ ਪਹਿਲਾਂ ਜੋ ਹੈ PR ਦੇ ਇਸ ਸੰਦੇ ਵਿੱਚ ਪੀਆਰ ਦੀਆਂ ਫਾਈਲਾਂ ਦੇ ਵਿੱਚ ਲੰਮਾ ਸਮਾਂ ਲੱਗਣ ਲੱਗ ਗਿਆ ਸੀ ਤਾਂ ਵਿਦਿਆਰਥੀਆਂ ਨੇ ਮਤਲਬ ਇਹ ਮੰਗ ਚ ਕੀਤੀ ਸੀਗੀ 22 21 22 ਦੇ ਵਿੱਚ ਹੀ ਕਿਉਂਕਿ ਉਦੋਂ ਜਿਹੜਾ ਹੈਗਾ ਕਾਫੀ ਵਰਕਲੋਡ ਵੱਧ ਗਿਆ ਸੀਗਾ ਔਰ ਐਪਲੀਕੇਸ਼ਨਾਂ ਵਧਣ ਕਰਕੇ ਉਹਨਾਂ ਦਾ ਪ੍ਰੋਸੈਸ ਪੀਰੀਅਡ ਜਿਹੜਾ ਲੰਬਾ ਹੋ ਗਿਆ ਸੀਗਾ ਤਾਂ ਉਹਨਾਂ ਦੀਆਂ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਗਾਇਸ ਡੂਡਾ ਸਰਕਾਰ ਨੇ ਦੋ ਵਾਰ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਿੱਚ ਐਕਸਟੈਂਸ਼ਨ ਦਿੱਤੀ ਸੀਗੀ ਲੇਕਿਨ ਹੁਣ ਆਰਆਈਸੀਸੀ ਨੇ ਕੋਸ਼ਨਾ ਕਰ ਦਿੱਤੀ ਹੈ ਕਿ ਇਸ ਤੋਂ ਬਾਅਦ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਿੱਚ ਐਕਸਟੈਂਸ਼ਨ ਨਹੀਂ ਦਿੱਤੀ ਜਾਊਗੀ ਇਸ ਦੇ ਲਈ ਵਿਦਿਆਰਥੀਆਂ ਤੇ ਅਸਰ ਹੀ ਹੋਊਗਾ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਦੌਰਾਨ ਹੀ ਉਹਨਾਂ ਨੂੰ ਪੀਆਰ ਦੀ ਫਾਈਲ ਜਿਹੜੀ ਹੈ ਉਹ ਨਿਕਲ ਨਹੀਂ ਚਾਹੀਦੀ ਹੈ ਔਰ ਪ੍ਰੀਆ ਦੀ ਫਾਈਲ ਦਾ ਜੋ ਫੈਸਲਾ ਹੋਣਾ ਚਾਹੀਦਾ ਹੈ ਨਹੀਂ ਤਾਂ ਨਾ ਨੂੰ ਵਾਪਸ ਪਰਤਨਾ ਪੈ ਸਕਦਾ ਹੈ। ਗਾਇ ਜਲਦੀ ਜਲਦੀ ਇਹ ਵੀਡੀਓ ਮੈਸੇਜ ਕਰਕੇ ਲੈ ਕੇ ਆਇਆ ਕਿਉਂਕਿ ਤੁਹਾਨੂੰ ਸਾਰਾ ਪਤਾ ਲੱਗ ਸਕੇ ਕਿ ਨਵਾਂ ਜੋ 1 ਜਨਵਰੀ 2024 ਦੇ ਵਿੱਚ ਆ ਰਹੀ ਸੀਸੀ ਨੇ ਇੰਟਰਨੈਸ਼ਨਲ ਵਿਦਿਆਰਥੀਆਂ ਲਈ ਕੁਝ ਨਾਮਾਂ ਕੀਤੀਆਂ ਤਿੰਨੇ ਕੁਛ ਨਾ ਨੂੰ ਮੈਂ ਫਰਦਰ ਫਿਰ ਰਿਪੀਟ ਕਰਦਾ ਹਾਂ ਪਹਿਲੀ ਇਹ ਹੈ ਕਿ ਜੀਆਈਸੀ ਦੇ ਵਿੱਚ ਡਬਲ ਕਰ ਦੁੱਤੀ ਹੈ ਅਮਾਉਂਟ ਹੁਣ ਜਿਹੜੀ ਹੈਗੀ 10000 ਡਾਲਰ ਦੀ بجائے 20000 ਤੋਂ ਥੋੜੀ ਜਿਹੀ ਜ਼ਿਆਦਾ ਉਹ ਜਿਹੜੀ ਹੈ ਜਮ੍ਹਾਂ ਕਰਾ ਕੇ ਇੰਟਰਨੈਸ਼ਨਲ ਵਿਦਿਆਰਥੀ ਨੂੰ ਆਉਣੀ ਪਊਗੀ ਇਹ ਥੋੜਾ ਜਿਹਾ ਉਹਨਾਂ ਦੇ ਉੱਤੇ ਇੰਡੀਆ ਦੇ ਵਿੱਚ ਪੇਰੈਂਟਸ ਕਹਿ ਲੋ ਗਾਰਡੀਅਨ ਦੇ ਉੱਤੇ ਆਰਥਿਕ ਬੋਝ ਪਊਗਾ ਲੇਕਿਨ ਵਿਦਿਆਰਥੀ ਨੂੰ ਹੋ ਸਕਦਾ ਉੱਥੇ ਜਾ ਕੇ ਬੈਨੀਫਿਟ ਹੋ ਜਾਏ ਨੰਬਰ 2 ਦੂਸਰਾ ਜੋ ਉਹਨਾਂ ਨੇ ਫੈਸਲਾ ਲਿਆ ਹੈ ਉਹ ਹੈ ਵਿਦਿਆਰਥੀਆਂ ਦੇ ਕੰਮ ਦੇ ਘੰਟਿਆਂ ਤੇ ਵਿਦਿਆਰਥੀਆਂ ਦੇ ਕੰਮ ਦੇ ਘੰਟੇ ਜਿਹੜੇ ਹੈਗੇ ਆਮ ਤੌਰ ਤੇ ਇੱਕ ਵੀਕ ਦੇ ਵਿੱਚ 20 ਘੰਟੇ ਸਿੱਕੇ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਲੇਕਿਨ ਪਿਛਲੇ ਕੁਝ ਸਮੇਂ ਤੋਂ ਟੂਡੋ ਸਰਕਾਰ ਨੇ ਟੈਂਪਰੇਰੀ ਜਿਹੜੀ ਹੈਗੀ ਆ ਇਹ 31 ਦਸੰਬਰ 2023 ਤੱਕ 40 ਘੰਟੇ ਹੀ ਹਰ ਸਟੂਡੈਂਟ ਨੂੰ ਵੀ ਦਿੱਤੇ ਸੀ ਕਿ ਉਹ ਵੀ ਫੁੱਲ ਟਾਈਮ ਯਾਨੀ ਇੱਕ ਦਿਨ ਵਿੱਚ 8 ਘੰਟੇ ਤੇ ਵੀਕ ਦੇ ਵਿੱਚ 40 ਘੰਟੇ ਕੰਮ ਕਰ ਸਕਦੇ ਆ ਲੇਕਿਨ 31 ਦਸੰਬਰ ਤੋਂ ਬਾਅਦ ਵਧ ਕੇ ਕਿੰਨੇ ਵਧੇਗੇ ਇੱਧਰ ਵਿਦਿਆਰਥੀਆਂ ਦਾ ਜਿਹੜਾ ਹੈਗਾ ਧਿਆਨ ਸੀਗਾ ਨਿਗਾ ਸੀਗੀ ਉਹ ਵੀ ਹੁਣ ਕਲੀਅਰ ਕਰ ਦਿੱਤੀ ਆ RCSC ਨੇ ਕਿ ਕਤੇ ਪ੍ਰੈਲਵੀਸ 28 ਤੱਕ ਇਸ ਤਰੀ ਰੌਗੀ ਐਕਸਟੈਂਸ਼ਨ اور ਵਿਦਿਆਰਥੀ ਵੀ ਜਿਹੜੇ 8 ਘੰਟੇ ਕੰਮ ਕਰ ਸਕਣਗੇ ਇਹ ਹੁਣ ਲਾਭ ਹੈ ਵਿਦਿਆਰਥੀ ਨੂੰ ਕਿ ਹਾਨੀ ਹੈ ਇਹ ਮੈਂ ਪਹਿਲਾਂ ਹੀ ਤੁਹਾਨੂੰ ਡਿਸਕਸ ਕਰ ਚੁੱਕਾ ਹਾਂ ਤੀਸਰਾ ਪੁਆਇੰਟ ਜਿਹੜਾ ਉਹਨਾਂ ਨੇ ਦਿੱਤਾ ਹੈਗਾ ਉਹ ਹੈਗਾ ਕਿ ਪੋਸਟ ਗ੍ਰੈਜੂਏਟ ਵਰਕ ਫਾਰਮਨ ਦੇ ਉੱਤੇ ਹੁਣ ਫਰਦ ਐਕਸਟੈਂਸ਼ਨ ਨਹੀਂ ਮਿਲੂਗੀ ਗਾਇਜ਼ ਇਸ ਦਾ ਮਤਲਬ ਇਹੀ ਹੈ ਕਿ ਫਾਸਟ ਟਰੈਕ ਦੇ ਵਿੱਚ ਜੇਕਰ ਵਿਦਿਆਰਥੀਆਂ ਨੂੰ ਆਪਣੇ ਪੜਾਈ ਪਲੱਸ ਪੋਸਟ ਗ੍ਰੈਜੂਏਟ ਵਰਕ ਪਰਮਨ ਜਿਹੜਾ 3 ਸਾਲ ਲਈ ਮਿਲਣਾ ਉਸ 3 ਸਾਲ ਦੇ ਅੰਦਰ ਅੰਦਰ ਉਹਨਾਂ ਦੀ ਜਿਹੜੀ ਪੀਆਰ ਵਾਲੀ ਵੀ ਐਪਲੀਕੇਸ਼ਨ ਕਲੀਅਰ ਹੋਊਗੀ ਤਾਂ ਉਹ ਉੱਥੇ ਰਹਿ ਸਕਣਗੇ ਨਹੀਂ ਤਾਂ ਐਕਸਟੈਂਡ ਨਹੀਂ ਹੋਊਗਾ ਉਹਨਾਂ ਦਾ ਫਿਰ ਉਹਨਾਂ ਦਾ ਇਹ ਜਿਹੜਾ ਚੈਪਟਰ ਕਲੋਜ਼ ਹੋ ਜਾਊਗਾ ਤਾਂ ਉਹਨਾਂ ਨੂੰ ਜਿਹੜਾ ਹੈਗਾ ਲੀਮਾ ਐਲ ਆਈ ਐਮ ਐਂ ਲੈ ਕੇ ਉੱਥੇ ਜਿਹੜਾ ਹੈਗਾ ਵਰਕਰ ਇੰਟਰਨੈਸ਼ਨਲ ਵਰਕਰ ਬਣ ਕੇ ਹੀ ਆਪਣਾ ਪੀਆਰ ਦੀ ਫਾਈਲ ਲਾਉਣੀ ਪਊਗੀ ਉਹਦੇ ਉੱਤੇ ਪਹਿਲਾਂ ਹੀ ਟਰੂਡੋ ਸਰਕਾਰ ਫੈਸਲਾ ਲੈ ਰਹੀ ਹੈ ਹਜੇ ਲਿਆ ਨਹੀਂਗਾ ਮੈਂ ਕਲੀਅਰ ਕਰਦਾ ਹਾਂ ਜੇ ਲਿਆ ਨਹੀਂਗਾ ਲੇਕਿਨ ਲੈਣ ਜਾ ਰਹੀ ਹੈ ਕਿ ਵਿਦਿਆਰਥੀ ਜਿਹੜੇ ਇੰਟਰਨੈਸ਼ਨਲ ਐਲ ਐਮ ਯੂ ਲੈ ਕੇ ਪੀਆਰ ਲਾਉਣਗੇ ਸ਼ਾਇਦ ਉਹਨਾਂ ਨੂੰ ਪੀਆਰ ਨਹੀਂ ਦਿੱਤੀ ਜਾਊਗੀ ਇਹ ਹਜੇ ਪੱਕੀ ਗੱਲ ਨਹੀਂ ਹੈ ਜਦੋਂ ਵੀ ਪੱਕੀ ਹੋਗੀ ਤਾਂ ਮੈਂ ਵੀ ਤੁਹਾਡੇ ਨਾਲ ਲੈ ਕੇ ਆਉਂਗਾ ਤਰੇ ਇਸ ਕਿਦਾਂ ਲੱਗੇ ਤੁਹਾਨੂੰ ਇਹ ਇਨਫਰਮੇਸ਼ਨ ਮੈਨੂੰ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਣਾ ਇਹ ਇਨਫਰਮੇਸ਼ਨ ਦੇਣਾ ਬਹੁਤ ਲਾਜ਼ਮੀ ਸੀਗੀ ਇਨਫਰਮੇਸ਼ਨ ਦੇਣ ਤੋਂ ਬਾਅਦ ਹੁਣ ਮੈਂ ਤੁਹਾਡਾ ਤੁਲਾਉਂਗਾ ਆਖਿਆ ਤੁਸੀਂ ਜੇਕਰ ਹਜੇ ਤੱਕ ਵੀਡੀਓ ਨੂੰ ਲਾਈਕ ਜਾਂ ਸ਼ੇਅਰ ਨਹੀਂ ਕੀਤਾ ਤਾਂ ਲਾਈਕ ਜ਼ਰੂਰ ਕਰੋ ਔਰ ਸ਼ੇਅਰ ਵੀ ਜ਼ਰੂਰ ਕਰੋ ਤਾਂ ਜੋ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜਿਹੜੇ ਮੇਰੇ ਬੱਚੇ ਜਾਂ ਵਿਦਿਆਰਥੀ ਜਾਂ ਜਿੰਨੇ ਵਿਦਿਆਰਥੀ ਹੈ ਜਾਣ ਵਾਲੇ ਔਰ ਉਹਨਾਂ ਦੇ ਪੇਰੈਂਟਸ ਨੂੰ ਵੀ ਇਹ ਨਾਲੇਜ ਮਿਲ ਸਕੇ ਉਹਨਾਂ ਦੇ ਗਾਰਡੀਅਨਸ ਨੂੰ ਵੀ ਇਹ ਨਾਲੇਜ ਮਿਲ ਸਕੇ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਕਰਕੇ ਜਿਹੜਾ ਹੈਗਾ ਬੈਲ ਆਈਕਨ ਦਬਾ ਲਿਓ ਤਾਂ ਜੋ ਨੈਕਸਟ ਜਿਹੜੀ ਵੀਡੀਓ ਹੋਗੀ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਹੁਣ ਨਿਮਨ ਇਜਾਜ਼ਤ ਸਾਸ਼੍ਰੀ ਕ ਨਮਸਕਾਰ ਕੇਮ ਸ਼ੋ ਮੋਟੇ ਮੰਨਦੇ ਹੋ ਮੋਟੇ ਮੰਨਦੇ ਰਹੋ ਔਰ ਅਗਲੀ ਵੀਡੀਓ ਲੈ ਕੇ ਫਿਰ ਹੋਵਾਂਗੇ ਹਾਜ਼ਰ ਮੈਂ ਗਗਨਦੀਪ ਜੀ ਦੇ ਨਾਲ ਬਾਏ ਆਪ ਨੋ ਯੂ ਫੀਲ ਦਿਸ ਮੂਵਮੈਂਟ ਰੌਕ ਯੂ ਯੂ ਜਸਟ ਬੀ ਰਵਲਡ ਇਨ ਰੀਜਨ ਰੀਜਨ ਫੋਰ ਸਮਥਿੰਗ ਵਿਥਿਨ ਯੂ